ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਅਪਡੇਟ ਵਿੱਚ। ਭਰਤੀ ਸੰਬੰਧੀ ਅੱਜ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਆਏ ਜੀ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਿੱਚ ਭਰਤੀ ਸੰਬੰਧੀ ਨਵੀਂ ਅਪਡੇਟ ਨਿਕਲ ਕੇ ਆਏ ਜੀ। ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੇਣ ਜਾ ਰਹੇ ਹਾਂ, ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਤੋਂ ਦੇਖ ਲੈਣਾ ਜੀ। ਅਤੇ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ, ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈੱਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ, ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀ ਨਵੀਂ ਨਵੀਂ ਭਰਤੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਰਹੇ ਜੀ। ਹੁਣ ਚਲੋ ਸਿੱਧਾ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਜੀ। ਹਾਂਜੀ ਦੋਸਤੋ, ਇੱਥੇ ਤੁਸੀਂ ਦੇਖ ਸਕਦੇ ਹੋ PPSC.JOV.IN ਵੱਲੋਂ ਨੋਟੀਫਿਕੇਸ਼ਨ ਹੈ, ਰਿਲੀਜ਼ ਕੀਤਾ ਗਿਆ ਜੀ, ਜਿਹਦੇ ਵਿੱਚ ਪਹਿਲਾਂ ਜਿਹੜੀਆਂ ਵੈਟਨਰੀ ਆਫਿਸਰ ਦੀਆਂ ਪੋਸਟਾਂ 353 ਪੋਸਟਾਂ ਆਊਟ ਕੀਤੀਆਂ ਗਈਆਂ ਸੀ, ਉਹਨਾਂ ਨੂੰ ਹੁਣ ਘਟਾ ਕੇ ਜਿਹੜੀ ਆ ਉਹ 200 ਪੋਸਟਾਂ ਕਰ ਦਿੱਤਾ ਗਿਆ ਜੀ। ਪੰਜਾਬ ਸਰਕਾਰ ਵੱਲੋਂ ਇਹ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ, ਜਿਹੜਾ ਮੈਂ ਤੁਹਾਡੇ ਨਾਲ ਹੁਣੇ ਸਾਂਝਾ ਕਰ ਰਿਹਾ ਜੀ। ਪਹਿਲਾਂ ਜਿਹੜੀਆਂ ਪੋਸਟਾਂ ਸੀ ਉਹ 353 ਪੋਸਟਾਂ ਰੱਖੀਆਂ ਗਈਆਂ ਸੀ, ਜਿਹਨਾਂ ਨੂੰ ਹੁਣ ਘਟਾ ਕੇ 200 ਪੋਸਟਾਂ ਕਰ ਦਿੱਤਾ ਗਿਆ ਜੀ, ਜਿਹਦੇ ਵਿੱਚ ਵੱਖਰੇ ਵੱਖਰੇ ਡਿਪਾਰਟਮੈਂਟ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਸੀ, ਜਿਹਦੇ ਵਿੱਚੋਂ ਐਨੀਮਲ ਹਸਬੈਂਡਰੀ, ਫਿਸ਼ੀਅਰ ਅਤੇ ਡੇਅਰੀ ਵਿਭਾਗ ਵਿੱਚ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਸੀ। ਅਤੇ ਹੁਣ ਜਿਹੜੇ ਨਵੇਂ ਕੈਂਡੀਡੇਟ ਹਨ ਜੀ, ਉਹ ਫਾਰਮ ਨੂੰ ਜਿਹੜਾ ਤੁਸੀਂ ਉਹ 27 ਜੂਨ ਤੱਕ ਜਿਹੜੇ ਆ ਅਪਲਾਈ ਕਰ ਸਕਦੇ ਹੋ ਜੀ। 27 ਜੂਨ ਤੱਕ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ, ਅਤੇ ਫੀਸ ਡਿਪੋਜ਼ਿਟ ਦੀ ਜਿਹੜੀ ਲਾਸਟ ਡੇਟ ਹੈ ਜੀ ਉਹ 4 ਜੁਲਾਈ ਤੱਕ ਰੱਖੀ ਗਈ ਹੈ ਜੀ। 4 ਜੁਲਾਈ ਤੱਕ ਤੁਸੀਂ ਜਿਹੜੇ ਆ ਫਾਰਮ ਦੀ ਫੀਸ ਹੈ ਉਹ ਔਨਲਾਈਨ ਜਿਹੜੀ ਹੈ ਜਮ੍ਹਾਂ ਕਰਵਾ ਸਕਦੇ ਹੋ ਜੀ। ਇਹੀ ਅਪਡੇਟ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਆਈ ਹੋਪ ਕਿ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਏਗੀ। ਅਗਰ ਕੋਈ ਵੀ ਤੁਹਾਡੇ 'ਚ ਡਾਊਟ ਰਹਿ ਗਿਆ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਤੋਂ ਪੁੱਛ ਲੈਣਾ ਜੀ। ਨਾਲ ਦੀ ਨਾਲ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ, ਅਤੇ ਜਿਹੜੇ ਚੈਨਲ 'ਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰ ਦੇਣਾ ਜੀ। ਚਲੋ ਮਿਲਦੇ ਹਾਂ ਨਵੀਂ ਹੋਰ ਰਿਕਰੂਟਮੈਂਟ ਅਪਡੇਟ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।